74 ਸਾਲਾਂ ਦੇ ਵਿਛੋੜੇ ਤੋਂ ਬਾਅਦ ਆਖਰ ਸਿੱਕਾ ਖਾਨ ਤੇ ਉਸ ਦਾ ਪਾਕਿਸਤਾਨ ਵਾਲਾ ਭਰਾ ਮੁਹੰਮਦ ਸਦੀਕ ਮਿਲ ਜਾਂਦੇ ਆ ਅਤੇ ਸਿੱਕਾ ਖਾਨ ਪਹਿਲਾਂ ਪਾਕਿਸਤਾਨ ਰਹਿ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਵੀ ਨਾਲ ਹੀ ਇੰਡੀਆ ਵਿੱਚ ਲੈ ਆਉਂਦੇ ਆ ਹੁਣ ਮੁਹੰਮਦ ਸਦੀਕ ਨੂੰ ਇੱਥੋਂ ਦੇ ਲੋਕਾਂ ਨੇ ਬੇਹੱਦ ਪਿਆਰ ਦਿੱਤਾ ਹੈ ਮੁਹੰਮਦ ਸਦੀਕ ਵੀ ਇੱਥੇ ਆ ਕੇ ਬਹੁਤ ਖੁਸ਼ ਨੇ ਉਹਨਾਂ ਨੇ ਇੱਥੋਂ ਦੇ ਲੋਕਾਂ ਦਾ ਜਿਹੜਾ ਪਿਆਰ ਉਹ ਕਬੂਲਿਆ ਬਾਬਾ ਮੁਹੰਮਦ ਸਦੀਕ ਨੂੰ ਖੇਤੀਬਾੜੀ ਦੇ ਕੰਮ ਕਰਨ ਵਿੱਚ ਬੜੀ ਦਿਲਚਸਪੀ ਹੈ ਅਤੇ ਉਹਨਾਂ ਨੂੰ ਭਾਰਤ ਦਾ ਇਹ ਵਾਲਾ ਸਾਨ ਨਗੌਰੀ ਸਾਨ ਜਿਹਨੂੰ ਇੱਥੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਉਹ ਬਾਬਾ ਮੁਹੰਮਦ ਸਦੀਕ ਨੂੰ ਬਹੁਤ ਪਸੰਦ ਆਇਆ ਉਹਨਾਂ ਜ਼ਿਕਰ ਕੀਤਾ ਕਿ ਸਾਨ ਤਾਂ ਉਹਨਾਂ ਦੇ ਮੁਲਕ ਪਾਕਿਸਤਾਨ ਵਿੱਚ ਵੀ ਹਨ ਪਰ ਉਹ ਕੱਦ ਤੋਂ ਛੋਟੇ ਨੇ ਅਤੇ ਐਡੇ ਵੱਡੇ ਸਾਨ ਜਿਹੜੇ ਆ ਉਹ ਪਾਕਿਸਤਾਨ ਵਿੱਚ ਨਹੀਂ ਇਸ ਕਰਕੇ ਉਹਨਾਂ ਨੂੰ ਇਹ ਨਗੌਰੀ ਸਾਨ ਬੇਹੱਦ ਪਸੰਦ ਆਇਆ ਨਹੀਂ ਜੀ ਜਾਂਦਾ ਮੈਨੂੰ ਉਦਾਂ ਹੀ ਬਹੁਤ ਚੰਗਾ ਲੱਗਾ ਕਿਵੇਂ ਚੰਗਾ ਕਿਉਂ ਲੱਗਾ ਬਲਦੇ ਇਹ ਬੀਕਾਨੇਰ ਵਾਲੋਂ ਆਉਂਦੇ ਸੀ ਸਾਡੇ ਵਾਲੇ ਹੈ ਨਹੀਂ ਸਾਡੇ ਛੋਟੇ ਆ ਅੱਛਾ ਛੋਟੇ ਆ ਇਹ ਬਹੁਤ ਚੰਗਾ ਇੱਦਾਂ ਦੇ ਬੋਲ ਸਾਡੇ ਬੰਦੇ ਲਿਆਉਂਦੇ ਸੀਗੇ ਅਸੀਂ ਇੱਥੇ ਦੇਖਦੇ ਰਹੇ ਹਾਂ ਨਿੱਕੇ ਹੁੰਦੇ ਅੱਛਾ ਤੁਹਾਡੇ ਉੱਧਰ ਬਲਦ ਛੋਟੇ ਕੱਦ ਛੋਟੇ ਆ ਹਾਂਜੀ ਹੈ ਤਿੱਖੇ ਹੈ ਛੋਟੇ ਏਡਾ ਏਡਾ ਬੋਲ ਸਾਡੇ ਵਾਲਾ ਹੈ ਉਹ ਕਿਹੜੀ ਨਸਲ ਆ ਉੱਧਰ ਉਹਦੇ ਧੰਨੀ ਅਸੀਂ ਉਹਨੂੰ ਧੰਨੀ ਦੇ ਕਹਿੰਦੇ ਹਾਂ ਧੰਨੀ 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 ਇੱਧਰ ਆਉਂਦੇ ਆ ਗਿਆ ਆਪਣੇ ਉਹ ਕਿੱਧਰੋਂ ਕਿਹੜਾ ਇਲਾਕਾ ਮੀਆਂ ਵਾਲੀ ਮੀਆਂ ਵਾਲੀ ਤੋਂ ਅਤੇ ਦਵੇਲ ਮੰਡੀ ਆ ਇੱਧਰ ਦਵੇਲ ਮੰਡੀ ਹੈਂ ਉੱਧਰੋਂ ਆਉਂਦੇ ਆ ਅਤੇ ਮੱਝਾਂ ਵੀ ਵੇਖੀਆਂ ਤੁਸੀਂ ਮੱਝਾਂ ਦੀ ਨਸਲਾਂ ਮਾਸ਼ਾ ਅੱਲਾ ਬਹੁਤ ਬਹੁਤ ਸੋਹਣੀਆਂ ਮੱਝਾਂ ਤੁਹਾਡੇ ਵੀ ਉੱਧਰ ਨਸਲਾਂ ਤਾਂ ਮੱਝਾਂ ਦੀਆਂ ਬੜੀਆਂ ਚੰਗੀਆਂ ਨੇ ਚੰਗੀਆਂ ਵਿੱਚ ਵਿੱਚ ਐਨ ਕਰੋ ਹਾਂ ਸਾਡੇ ਰਾਵੀ ਤਾਂ ਚੰਗੀਆਂ ਅੱਛਾ ਰਾਵੀ ਝਨਾ ਹਾਂ ਉਹ ਮਹੀਆਂ ਸਾਡੀਆਂ ਬਹੁਤ ਚੰਗੀਆਂ ਅਤੇ ਪਰਖ ਹੈ ਤੁਹਾਨੂੰ ਡੰਗਰਾਂ ਦੀ ਹਾਂਜੀ ਇਹ ਕਿਹੜੀਆਂ ਨੇ ਇਹ ਹਾਂਜੀ ਇਹ ਕਿਹੜੀ ਇੱਧਰ ਇਲਾਕੇ ਦੀਆਂ ਇਹ ਬਹੁਤ ਚੰਗੀਆਂ ਮੱਝਾਂ ਇਹਨਾਂ ਦੀਆਂ ਵੀ ਕਿਵੇਂ ਪਛਾਣ ਕਿਵੇਂ ਕਰਦੇ ਹੋ ਹਾਂ ਪਛਾਣ ਕਿਵੇਂ ਕਰਦੇ ਹੋ ਪਛਾਣ ਕਰਦੇ ਜੀ ਅਸੀਂ ਜਾਨਵਰਾਂ ਦਾ ਦੇਖ ਲਈਦਾ ਆਹ ਪੁੜੇ ਦੇਖਣੇ ਕਿੰਨੇ ਕਿੰਨੇ ਚੌੜੇ ਪੁੜੇ ਆ ਮੱਝਾਂ ਦੇ ਦੇਖੋ ਤਾਂ ਕਈ ਬੋਲਦਾਂ ਦੇ ਇੱਦਾਂ ਹੁੰਦੇ ਆ ਇਹਦਾ ਮਾਸ਼ਾਅੱਲਾ ਦੇ ਪੁੜਾ ਕਿੱਡਾ ਕਿੱਡਾ ਚੌੜਾ ਹੈਂ ਇੱਦਾਂ ਅਸੀਂ ਪਛਾਣ ਕਰ ਲਈ ਜੀ ਹੁਣ ਆਹ ਪੈਰ ਆ ਇਹਦੇ ਗਲਤ ਹੋ ਗਏ ਆ ਇਹਨਾਂ ਦੀ ਕਮਜ਼ੋਰੀ ਤੋਂ ਨਹੀਂ ਇਹ ਨਹੀਂ ਸੀ ਹੋਣਾ ਨਹੀਂ ਕਿਵੇਂ ਗਲਤ ਕਿਉਂ ਵਿੰਗੇ ਹੋ ਗਏ ਹਾਂ ਵਿੰਗੇ ਹੋ ਗਏ ਇੱਕ ਪੱਬੀ ਆਇਆ ਹੋਈਆਂ ਉਹਨੂੰ ਖੁਰੀ ਲਵਾ ਦਿੰਦੇ ਪੱਕੀਆਂ ਸੜਕਾਂ 'ਤੇ ਵੱਢੇ ਜਾਂਦੇ ਆ ਅੱਛਾ ਹਾਂ ਫਿਰ ਪੈਰ ਸਿੱਧੇ ਲੈ ਲਈ ਸੋਹਣਾ ਲੱਗਣਾ ਤੁਹਾਨੂੰ ਲੱਗਦਾ ਨੌ ਵਿੰਗੇ ਹੋ ਗਏ ਬਲਦੇ ਨੌਵੇਂ ਇੱਦਾਂ ਪਰਖ ਤਾਂ ਹੁੰਦੀ ਆ ਇਹ ਜੋ ਕੰਮ ਕਰਦੇ ਆ ਮੈਨੂੰ ਲੱਗਦਾ ਖੁਰੀਆਂ ਬਾਪੂ ਤੂੰ ਪਿੰਡ ਨੂੰ ਸਾਰੇ ਨੂੰ ਲਵਾ ਕੇ ਜਾਏਗਾ ਨਹੀਂ ਜੀ ਸਾਰੇ ਕਾਹਨੂੰ ਲਵਾਉਣੀਆਂ ਇਹ ਜਾਨਵਰਾਂ ਨੇ ਲਵਾਉਣੀਆਂ ਜਾਨਵਰਾਂ ਦੀ ਗੱਲ ਕਰਦਾ ਕਿਉਂਕਿ ਜਾਨਵਰ ਵੇਖੋ ਜੋ ਤੁਸੀਂ ਪੈਰ ਵੇਖ ਲਏ ਪੈਰ ਵਿੰਗੇ ਸੜਕ ਤੇ ਜਾਂਦੇ ਰੇੜਾ ਲੈ ਕੇ ਜਾਂਦੇ ਆ ਬਾਪੂ ਖੁਰੀਆਂ ਲਾਉਣ ਵਾਲੇ ਸਾਡੇ ਹੁਣ ਹੈ ਨਹੀਂ ਗੇ ਪੱਕੀ ਸੜਕ ਵੱਢ ਦਿੰਦੀ ਕੋਈ ਰੋਡ ਮਾੜਾ ਜਿਹਾ ਆ ਗਿਆ ਉਹ ਖੁੱਭ ਗਿਆ ਬਜਰੀ ਦਾ ਉੱਥੋਂ ਜ਼ਖਮ ਹੋ ਜਾਂਦਾ ਪੈਰ 'ਚ ਫਿਰ ਆਰਾਮ ਨਹੀਂ ਆਉਂਦਾ ਅਸੀਂ ਨਹੀਂ ਵਿਸਾਹ ਕਰੀਦਾ ਅਸੀਂ ਖੁਰੀਆਂ ਲਵਾ ਕੇ ਤੁਸੀਂ ਆਪੇ ਲਾ ਲੈਂਦੇ ਹੋ ਨਾ ਨਾ ਮਿਸਤਰੀ ਰੱਖੇ ਹੋਏ ਆ ਸਾਡੇ ਹੈ ਨਹੀਂ ਨਾ ਖੁਰੀਆਂ ਲਾਉਣ ਵਾਲੇ ਪਹਿਲਾਂ ਆਉਂਦੇ ਹੁੰਦੇ ਸੀ ਪਿੰਡਾਂ 'ਚ ਪਹਿਲਾਂ ਆਉਂਦੇ ਹੁੰਦੇ ਸੀ ਹਾਂਜੀ ਚਲੋ ਇਹ ਸੀ ਬਾਬਾ ਮੁਹੰਮਦ ਸਦੀਕ ਜਿਹੜੇ ਸਿੱਕਾ ਖਾਨ ਦੇ ਭਰਾ ਇੰਡੀਆ ਦੇ ਵਿੱਚ ਆਏ ਹੋਏ ਆ ਫੂਲ ਪਿੰਡ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਸਰਦਾਰ ਜਗਸੀਰ ਹੁਣਾਂ ਦਾ ਘਰ ਆ ਉਹਨਾਂ ਦਾ ਸਾਰਾ ਜਿਹੜਾ ਹੈਗਾ ਮਾਲ ਡੰਗਰ ਮਵੇਸ਼ੀ ਕਹਿੰਦੇ ਹੋ ਤੁਸੀਂ ਮਵੇਸ਼ੀ ਕਹਿੰਦੇ ਹਾਂ ਅਤੇ ਇਹ ਸਾਰੇ ਬਾਪੂ ਨੂੰ ਪਸੰਦ ਆਇਆ ਬਾਪੂ ਨੂੰ ਇਹਨਾਂ ਦਾ ਬਲਦ ਪਸੰਦ ਆਇਆ ਵਧੀਆ ਫੰਕਸ਼ਨ ਕਰ ਰਹੇ ਇਸ ਉਮਰ ਦੇ ਵਿੱਚ ਆ ਕੇ ਜਿਹੜੇ ਬੋਝ ਇਹਨਾਂ ਦੇ ਖਤਮ ਹੋਏ ਦੋਵੇਂ ਭਰਾ ਮਿਲੇ ਆ ਤਾਂ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ 'ਚ ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਜਿਹੜੇ ਰਹਿੰਦੇ ਬਜ਼ੁਰਗ ਆ ਜਿਹੜੇ ਇੱਧਰ ਉਹਨਾਂ ਨੂੰ ਵੀ ਖੁੱਲ੍ਹੇ ਵੀਜ਼ੇ ਦੇਣ ਤਾਂ ਕਿ ਸਿੱਕਾ ਖਾਨ ਮੁਹੰਮਦ ਸਦੀਕ ਹੁਣਾਂ ਦੇ ਵਾਂਗੂ ਬਾਕੀ ਬਜ਼ੁਰਗ ਵੀ ਸਾਰੇ ਉਹ ਆਪਸ 'ਚ ਮਿਲਣ ਅਤੇ ਉਹਨਾਂ ਦੇ ਆਖਰੀ ਜਿਹੜੇ ਸਮੇਂ ਨੇ ਆਖਰੀ ਸਮੇਂ 'ਤੇ ਜਿਹੜੀਆਂ ਖੁਸ਼ੀਆਂ ਉਹਨਾਂ ਨੂੰ ਜ਼ਰੂਰ ਮਿਲਣ ਰੇੜੇ ਦੇ ਉੱਪਰ ਬੈਠੇ ਬਾਬਾ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਨੂੰ ਦੇਖ ਕੇ ਕਿਤੇ ਇਹ ਨਾ ਸੋਚ ਲਿਓ ਕਿ ਇਹ ਆ ਕੇ ਇੱਥੇ ਪੱਠੇ ਵੱਢਦੇ ਨੇ ਜਾਂ ਕੰਮ ਕਰਦੇ ਨੇ ਨਹੀਂ ਇਹ ਪੱਠੇ ਤਾਂ ਕਿਸਾਨ ਨੇ ਆਪ ਵੱਢੇ ਸੀ ਪਰ ਰੇੜੇ ਦੇ ਉੱਪਰ ਬੈਠ ਕੇ ਇਹਨਾਂ ਨੇ ਉਹ ਨਜ਼ਾਰਾ ਲਿਆ ਜਿਹੜਾ ਇਸ ਨਗੌਰੀ ਸਾਨ ਨੂੰ ਰੇੜੇ ਦੇ ਵਿੱਚ ਜੋੜ ਕੇ ਬਾਬਾ ਮੁਹੰਮਦ ਸਦੀਕ ਨਜ਼ਾਰਾ ਲੈਣਾ ਚਾਹੁੰਦਾ ਸੀ ਬਹੁਤ ਵਧੀਆ ਸੀ ਉਦੋਂ ਨਾ ਨਾ ਬੜਾ ਦੁੱਖ ਲੱਗਦਾ ਅਜਿਹੇ ਲੋਕਾਂ ਦੀਆਂ ਸਟੋਰੀਆਂ ਕਰਕੇ ਸਾਨੂੰ ਵੀ ਸਟੋਰੀ ਕਰਦਿਆਂ ਜਿਹੜਾ ਉਹ ਇੰਝ ਮਹਿਸੂਸ ਹੁੰਦਾ ਕਿ ਕਿੰਨਾ ਵੱਡਾ ਦੁੱਖ ਇਹਨਾਂ ਲੋਕਾਂ ਨੇ ਝੱਲਿਆ ਹੋਣਾ 74 ਸਾਲਾਂ ਬਾਅਦ ਮਿਲੇ ਬਾਬੇ ਅੱਜ ਬੱਚਿਆਂ ਵਾਂਗ ਖੇਡਦੇ ਨੇ ਅੱਜ ਬੱਚਿਆਂ ਵਾਂਗ ਲੜਦੇ ਨੇ ਅਤੇ ਮਹਿਸੂਸ ਕਰਦੇ ਨੇ ਆਪਣਾ ਉਹ ਬਚਪਨ ਜਿਹੜਾ ਇਹਨਾਂ ਨੇ ਗਵਾ ਲਿਆ 74 ਸਾਲਾਂ ਬਾਅਦ ਮਿਲੇ ਬਾਬੇ ਦੀ ਸਟੋਰੀ ਕਰਕੇ ਸਾਨੂੰ ਖੁਸ਼ੀ ਵੀ ਬਹੁਤ ਹੁੰਦੀ ਹੈ ਕਿ ਜੇ ਰੱਬ ਨੇ 74 ਸਾਲਾਂ ਬਾਅਦ ਇਹਨਾਂ ਨੂੰ ਮਿਲਾਇਆ ਤਾਂ ਜੇ ਚੰਦ ਪਲ ਅਸੀਂ ਇਹਨਾਂ ਵਾਸਤੇ ਕੱਢ ਕੇ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਜਾਂਦੇ ਹਾਂ ਤਾਂ ਸਾਨੂੰ ਵੀ
दिली सुकून मिलता। असी शुक्रिया अदा करते हैं तुहाडा कि अजिहियां स्टोरियां नूं देख के तुसी साडा माण वधाउंदे हो। अते साडा भी यही मकसद आ कि 1947 दे रौलियां विच जिहड़े परिवार उजड़ गए सी उन्हां दीआं कहानियां नूं सोशल मीडिया ते पाईए, क्योंकि पिछले समयां दौरान वंड तों लै के हुण तक ना किसे टीवी ते ना किसे अखबार दे जरिए लोकां दा मेल नहीं होया। ਇਹ ਗੱਲ ਸਿਰਫ ਸੋਸ਼ਲ ਮੀਡੀਆ ਨੇ ਚੱਕੀ ਹੈ ਕਿ ਅੱਜ 74 ਸਾਲਾਂ ਬਾਅਦ ਇਹਨਾਂ ਬਜ਼ੁਰਗਾਂ ਦਾ ਮੇਲ ਹੋਇਆ।